ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਪੇਂਡੂ ਖੇਤਰਾਂ ਵਿੱਚ ਵੀ ਕਰੋਨਾ ਨੂੰ ਲੈ ਕੇ ਬਿਹਤਰ ਪ੍ਰਬੰਧ ਕੀਤੇ ਗਏ ਹਨ। ਇਹ ਵਿਚਾਰ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਕਰੋਨਾ ਤੋਂ ਬਚਾਅ ਲਈ ਕੀਤੇ ਜਾ ਰਹੇ ਕਾਰਜਾਂ ਦੇ ਤਹਿਤ ਕੋਵਿਡ ਟੈਸਟ ਲਈ ਜਿੱਥੇ ਸੈਂਪਲਿੰਗ ਵੱਡੀ ਤਾਦਾਦ ਵਿੱਚ ਕੀਤੀ ਜਾ ਰਹੀ ਹੈ, ਉੱਥੇ ਹੀ ਕੋਵਿਡ ਵੈਕਸੀਨੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਜਾਰੀ ਹੈ। ਪਿੰਡਾਂ ਦੇ ਲੋਕਾਂ ਨੂੰ ਕੋਵਿਡ ਨੂੰ ਲੈ ਕੇ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੇ ਨਾਲ ਨਾਲ ਸੰਜੀਵਨੀ ਵੈਨ ਰਾਹੀਂ ਵੀ ਸੰਦੇਸ਼ ਦਿੱਤਾ ਜਾ ਰਿਹਾ ਹੈ ਅਤੇ ਕੋਵਿਡ ਰਾਹਤ ਕਾਰਜਾਂ ਲਈ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਹੈਗਾ ਜੀ, ਪਿੰਡਾਂ ਦੇ ਵਿੱਚ ਸਾਡਾ ਗਵਰਨਮੈਂਟ ਵੱਲੋਂ ਜਿਹੜਾ ਮਿਸ਼ਨ ਫਤਿਹ 2 ਪੇਂਡੂ ਕਰੋਨਾ ਮੁਕਤ ਅਭਿਆਨ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈਗਾ। ਉਹਦੇ ਵਿੱਚ ਅਸੀਂ ਸਾਰਾ ਪਿੰਡਾਂ ਦੇ ਵਿੱਚ ਅਸੀਂ ਪਿੰਡ ਪੱਧਰ ਦੀਆਂ ਟੀਮਾਂ ਬਣਾਈਆਂ ਨੇ ਕਿ ਅਸੀਂ ਹਰ ਇੱਕ ਪਿੰਡ ਦੇ ਘਰਾਂ ਦਾ ਸਰਵੇ ਕਰ ਰਹੇ ਹਾਂ ਔਰ ਉੱਥੇ ਦੇਖ ਰਹੇ ਹਾਂ ਕਿ ਕਿਹੜੇ ਜਿਹੜੇ ਕੋਵਿਡ ਦੇ ਲੱਛਣਾਂ ਵਾਲੇ ਪੇਸ਼ੈਂਟਸ ਹੈਗੇ ਨੇ ਔਰ ਜੇ ਹੈਗੇ ਨੇ ਉਹਨਾਂ ਦੀ ਸੈਂਪਲਿੰਗ ਕਰ ਰਹੇ ਹਾਂ ਔਰ ਜਿਹੜੇ ਕੋਈ ਪੇਸ਼ੈਂਟ ਸਾਨੂੰ ਲੱਗ ਰਿਹਾ ਕਿ ਉਹਨਾਂ ਦੀ ਹਾਲਤ ਸੀਰੀਅਸ ਹੈ ਔਰ ਪਿੰਡ ਪੱਧਰ 'ਤੇ ਇਲਾਜ ਮੁਸ਼ਕਲ ਹੈ, ਉਹਨਾਂ ਨੂੰ ਅਸੀਂ ਜਿਹੜਾ ਹੈ ਸ਼ਹਿਰਾਂ 'ਚ ਹੋਸਪਿਟਲ 'ਚ ਭਿਜਵਾ ਰਹੇ ਹੈਗੇ। ਔਰ ਖਾਸ ਕਰਕੇ ਇਹ ਵੀ ਹਦਾਇਤ ਅਸੀਂ ਉੱਥੇ ਪਿੰਡਾਂ ਦੇ ਸਰਪੰਚਾਂ ਨੂੰ ਆਪਣੇ ਆਫਿਸਰਸ ਨੂੰ ਕੀਤੀ ਹੈ ਕਿ ਜਿਹੜੇ ਪਿੰਡ ਦੇ ਡਾਕਟਰ ਹੈਗੇ ਨੇ ਉਹਨਾਂ ਨੂੰ ਇਹ ਹਦਾਇਤ ਕਰੋ ਕਿ ਇਹ ਲੋਕਾਂ ਨੂੰ ਪ੍ਰਮੋਟ ਕਰਨ ਕਿ ਜੇ ਵਾਕਈ ਕਿਸੇ ਨੂੰ ਬੁਖਾਰ ਜਾਂ ਕੁਛ ਹੈ ਤਾਂ ਉਹ ਆਪਣਾ ਸਮੇਂ ਰਹਿੰਦੇ ਟੈਸਟ ਕਰਵਾਉਣ ਔਰ ਜੇ ਵਾਕਈ ਕੋਵਿਡ ਹੈਗਾ ਤਾਂ ਬਜਾਏ ਘਰ ਵੇਟ ਕਰਦੇ ਰਹਿਣ ਦੇ ਇਮੀਡੀਏਟਲੀ ਹੋਸਪਿਟਲ 'ਚ ਜਾਣ। ਉਹ ਹੁਣ ਸਾਡੇ ਜਿਹੜੇ 35 ਪਿੰਡ ਨੇ ਪਹਿਲਾਂ ਬਾਬਾ ਬਕਾਲਾ ਦੇ ਉਹਨਾਂ 'ਚ ਔਰ ਫਿਰ ਕੁੱਲ 200 ਪਿੰਡਾਂ 'ਚ ਉਹ ਇਸ ਚੀਜ਼ ਨੂੰ ਸਾਡਾ ਪ੍ਰਮੋਟ ਕਰਨਗੇ। ਸੋ ਇਸ ਤਰੀਕੇ ਨਾਲ ਅਸੀਂ ਪੇਂਡੂ ਜਿਹੜਾ ਕੋਵਿਡ ਮੁਕਤ ਅਭਿਆਨ ਸ਼ੁਰੂ ਕੀਤਾ ਹੈਗਾ। ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਹਦਾਇਤਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਉਸ ਦੇ ਤਹਿਤ ਹੀ ਪੇਂਡੂ ਖੇਤਰਾਂ 'ਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਕਿ ਕੋਰੋਨਾ ਤੋਂ ਬਚਾਵ ਲਈ ਹਰ ਹਦਾਇਤਾਂ ਦਾ ਪਾਲਣਾ ਕੀਤੀ ਜਾਵੇ। ਹਰ ਪਿੰਡ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਵੱਲੋਂ ਟੈਸਟਿੰਗ ਵਧਾਈ ਗਈ ਹੈ, ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਔਰ ਕੁੱਲ ਮਿਲਾ ਕੇ ਪੇਂਡੂ ਖੇਤਰ ਦੇ ਵਿੱਚ ਵੀ ਕੋਰੋਨਾ ਤੋਂ ਬਚਾਅ ਲਈ ਸਾਰੇ ਹੀ ਅਹਿਮ ਕਾਰਜ ਕੀਤੇ ਜਾ ਰਹੇ ਨੇ। ਕੈਮਰਾਮੈਨ ਰਕੇਸ਼ ਕੁਮਾਰ ਨਾਲ ਸੰਦੀਪ ਸਿਆਲ, ਫਸਟ ਨਿਊਜ਼ ਅੰਮ੍ਰਿਤਸਰ।